ਸਟੇਜ ਤੋਂ ਸਟੇਜ ਖਾਲੀ ਕਰ ਦਿਓ। ਮੇਰੇ ਜਿਹੜੇ ਦੋਸਤ ਮਿੱਤਰ ਨੇ ਇੱਥੇ ਆਪਣੇ ਜਿਹਨੇ ਡਿਊਟੀ ਲੱਗੀ ਉਹ ਮੈਂ ਬਲੈਕ ਸ਼ਰਟਾਂ ਦੇ ਵਿੱਚ ਆਣਗੇ ਯਾਰ ਬੌਂਸਰ ਕਹਿਣਾ ਜਿਹਾ ਭੈੜਾ ਜਿਹਾ ਲੱਗਦਾ, ਗੁੰਡਾ ਟਾਈਪ ਜਿਹਾ ਲੱਗਦਾ, ਪਰ ਮੇਰੇ ਦੋਸਤ ਨੇ ਬੱਚੇ ਨੇ ਮੇਰੇ, ਪਲੀਜ਼ ਉਹਨਾਂ ਨੂੰ ਬੇਨਤੀ ਕਰਦੇ ਦੋ ਬੰਦੇ ਆ ਕੇ ਨਾ ਸਟੇਜ ਦੇ ਉੱਤੋਂ, ਆਹ ਬਗੈਰ ਪਾਸ ਤੋਂ ਜਾਂ ਬਗੈਰ ਆਈਡੈਂਟੀ ਕਾਰਡ ਤੋਂ ਸਾਰਿਆਂ ਨੂੰ ਥੱਲੇ ਲਾ ਦਿੰਦੇ। ਹਾਂਜੀ ਲਓ। ਇਸ ਤੋਂ ਬਾਅਦ ਸਟੇਜ ਇਹਨਾਂ ਦੀ, ਉਸ ਤੋਂ ਬਾਅਦ ਸਾਡੇ ਜਨਾਬ ਖਾਨ ਸਾਹਿਬ ਆਏ ਹੋਏ ਨੇ, ਉਹਨਾਂ ਡਿਊਟੀ ਲੱਗਣੀ ਹੈ ਜੀ। ਹੁਣ ਚੀਜ਼ਾਂ ਸੁਣਨ ਵਾਲੀਆਂ ਨੇ ਜੀ, ਸੁਣੀਆਂ ਤਾਂ ਆਪਾਂ ਸਾਰੀਆਂ ਸੁਣਨ ਵਾਲੀਆਂ ਸੀਗੀਆਂ, ਇਹੋ ਜਿਹੀ ਗੱਲ ਨਹੀਂ, ਕਲਾਕਾਰ ਕੋਈ ਗੁੱਸੇ ਨਾ ਹੋ ਸਾਰੇ, ਕਿਉਂਕਿ ਮਾਹੌਲ ਚੇਂਜ ਹੋ ਜਾਂਦਾ ਥੋੜ੍ਹਾ ਥੋੜ੍ਹਾ। ਵਿਆਹ ਜਾਂਦੇ ਹਾਂ ਪਹਿਲਾਂ ਚਾਟ ਭੱਲੇ ਮਿਲਦੇ ਹੈ, ਚਾ ਨਮਕੀਨ ਜਿਹਾ ਮਿਲਦਾ, ਕੋਲਡ ਡਰਿੰਕ ਮਿਲਦਾ, ਉਸ ਤੋਂ ਬਾਅਦ ਵਿਆਹ 'ਚ ਵਧੀਆ ਚੀਜ਼ਾਂ ਮਿਲਦੀਆਂ ਨੇ। ਹਾਂਜੀ ਲਓ, ਇਹਦੇ ਨਾਲ ਹੀ ਜਨਾਬ ਪ੍ਰਗਟ ਭਾਗੋ ਜੀ। ਇਹਨਾਂ ਤੋਂ ਬਾਅਦ ਨੋਰਾ ਸਿਸਟਰ ਦੀ ਵਾਰੀ ਹੈ, ਸਾਡੀਆਂ ਬੱਚੀਆਂ ਜਿਹੜੇ ਕਿ ਤੁਹਾਨੂੰ ਖਾਨ ਸਾਹਿਬ, ਹਾਂ ਮੈਨੂੰ ਪਤਾ ਜੀ ਖਾਨ ਸਾਹਿਬ ਆਏ ਹੋਏ ਨੇ, ਮੈਂ ਪਹਿਲਾਂ ਬੋਲਤਾ ਜੀ, ਜਿਹੜੇ ਖਾਨ ਸਾਹਿਬ ਆਏ ਨੇ ਇਹਨਾਂ ਦੀ ਵਾਰੀ ਹੈ। ਇਸ ਤੋਂ ਬਾਅਦ ਸੁਣਨ ਵਾਲੀਆਂ ਜਿਹੜੀ ਚੀਜ਼ਾਂ ਨੇ ਉਹ ਜਿਹੜੇ ਰੂਹ ਨਾਲ, ਜੇ ਬਾਬਾ ਸੂਫੀ ਸਾਹਿਬ ਮੇਰਾ ਗੁਰੂ ਲੋਕ ਮਹਾਨ ਲੋਕ ਜਿਹੜੇ ਗਾਉਂਦੇ ਸੀਗੇ ਉਹੀ ਸੀਗੇ ਜੀ। ਰਮਣਾ ਸਾਹਿਬ ਲੇਟ ਆਏ ਜੀ, ਧੰਨਵਾਦ ਜੀ, ਧੰਨਵਾਦ। ਕਹਿੰਦੇ ਬਰਾਤ ਪੂਰੀ ਆਈ ਹੋਵੇ ਨਾ, ਪੂਰੇ ਪ੍ਰਾਹੁਣਾ ਉਦੋਂ ਜਾਵੇ ਨਾ ਉਦੋਂ ਨਜ਼ਾਰਾ ਆਉਂਦਾ ਹੈਗਾ। ਥੈਂਕ ਯੂ, ਸ਼ੁਕਰੀਆ, ਮਿਹਰਬਾਨੀ, ਧੰਨਵਾਦ ਜੀ ਰਮਾਣਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਬੜਾ ਮਨ ਲੱਗਦਾ, ਮੈਨੂੰ ਖੁਸ਼ੀ ਹੋਈ ਜਦੋਂ ਬਠਿੰਡੇ ਆਏ ਤੁਸੀਂ, ਬੜਾ ਮਖਾਈ ਆ, ਕਿਆ ਬਾਤ, ਸਲਿਊਟ ਮਾਰ ਦਿਓ ਤੁਹਾਨੂੰ ਜੀ, ਥੈਂਕ ਯੂ। ਬਹੁਤ ਅੱਛਾ, ਮੇਰੇ ਛੋਟੇ ਵੀਰ ਨੇ ਜਿਹੜੇ ਨਛੱਤਰ ਨੇ ਜਿਹੜਾ ਕੰਮ ਕੀਤਾ ਇਹਨਾਂ ਨਾਲ, ਸਾਡੇ ਇਸ ਗਿੱਦੜਾ ਮੰਡੀ ਦੇ ਸਤਿਕਾਰਯੋਗ ਵੱਡੇ ਛੋਟੇ ਜਿਹੜੇ ਮਾਨਯੋਗ ਸਾਡੇ ਵੱਡੇ ਭਰਾ ਨੇ, ਛੋਟੇ ਭਰਾ ਨੇ, ਇਹਨਾਂ ਜਿਹੜਾ ਸਹਿਯੋਗ ਦਿੱਤਾ, ਅਸੀਂ ਉਹਨਾਂ ਦੇ ਰਿਣੀ ਹੈ, ਖਾਸ ਕਰਕੇ ਉਹਨਾਂ ਦਾ ਪ੍ਰੈਸ ਰਿਪੋਰਟਰ ਦਾ, ਇੱਥੋਂ ਦੀ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਦੇ ਆਫਿਸਰ ਸਾਹਿਬਾਨ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਇੰਨੇ ਵਧੀਆ ਤਰੀਕੇ ਨਾਲ ਜਿਹੜਾ ਹੈਗਾ। ਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਵਿਆਹ ਦੇ ਵਿੱਚ ਕਿਸੇ ਨੂੰ ਕਾਰਡ, ਇੱਕ ਮਿੰਟ ਵਿਆਹ ਦੇ ਵਿੱਚ ਆਪਾਂ ਕਾਰਡ ਦਿੰਦੇ ਨਾ, ਉਹਨੂੰ ਬਸ ਐਂ ਹੀ ਕਹਿ ਦਿਓ ਯਾਰ ਵਿਆਹ ਦੇ ਵਿੱਚ ਇਹੋ ਜਿਹਾ ਕਾਰਡ ਨਾ ਦਿਓ ਵੀ ਤੈਨੂੰ ਕਾਰਡ ਨਹੀਂ ਦੇਣਾ ਸੀ ਯਾਰ, ਬਸ ਇੰਨੇ ਹੀ ਸਾਫ ਹੀ ਸਮਝ ਲਿਓ। ਜੇ ਕੋਈ ਕਈ ਵਾਰੀ ਦਾਰੂ ਪੀ ਕੇ ਥੋੜ੍ਹੀ ਜਿਹੀ ਗੜਬੜ ਕਰ ਦਿੰਦਾ ਵੀ ਉਹ ਪਛਤਾਉਂਦਾ, ਕੁੜੀ ਦਾ ਪਿਓ ਜਾਂ ਉਹਦਾ ਪਿਓ ਮੁੰਡੇ ਦਾ ਪਿਓ ਵੀ ਕਹਿੰਦੇ ਇਹਨਾਂ ਨੂੰ ਕਾਰਡ ਕਾਹਨੂੰ ਦੇਣਾ ਸੀ ਯਾਰ, ਜੇ ਇਹੀ ਕੰਜਰ ਰਿਪਲੇਸ ਕਰਨਾ ਸੀ, ਬਸ ਇਸ ਚੀਜ਼ ਤੋਂ ਪ੍ਰੇਜ਼ ਕਰੋ। ਥੈਂਕ ਯੂ, ਸ਼ੁਕਰੀਆ, ਮਿਹਰਬਾਨੀ। ਲਓ ਜੀ, ਹਾਂ ਬਾਬੇ, ਓਕੇ, ਲਓ ਜੀ ਜਨਾਬ ਪ੍ਰਗਟ ਭਾਗੋ। ਲੈ ਵੀ ਮੈਂ ਹੁਣ ਜੁੱਤੀਆਂ ਲਾਉਂਦਾ ਮੁੰਡਿਓ,
ਮੈਂ ਬਹੁਤ ਦੇਰ ਦਾ ਆਕੜੇ ਬੈਠਾ ਸੀਗਾ। ਹਾਂ, ਮੇਰੀ ਹੁਣ ਯਾਦ ਆਇਆ, ਜਿਹੜੀ ਲਾਈਟਿੰਗ ਦਾ ਕੰਮ ਕੀਤੇ ਨੇ, ਬੜੇ ਅੱਛੇ ਅੱਛੇ ਫੰਕਸ਼ਨ ਲਾਏ ਨੇ ਉਹਨੇ। ਸੁੱਖ ਗੋਰਾ ਇਸੇ ਮੰਡੀ ਦਾ ਉਹ ਲੜਕਾ ਹੈਗਾ ਜਿਹਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਹੈਗਾ। ਮੈਂ ਅੱਛਾ ਮਤਲਬ ਕੰਮ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ ਉਹਦਾ। ਇੱਕ ਕੌਲਲੈਸ ਮੈਂ ਇੱਕ ਹੋਰ ਚਾਹੀਦਾ ਸੀ ਯਾਰ ਕਾਕੇ। ਕੋਈ ਨੀ, ਇਹ ਹੁੰਦਾ ਹੀ ਆ, ਜਦ ਤੱਕ ਪੰਡਿਤ ਜੀ ਨਹੀਂ ਆਉਂਦੇ ਫੇਰੇ ਨਹੀਂ ਹੁੰਦੇ। ਆਹ ਪੰਗਾ ਜਿਹਾ ਹੋ ਜਾਂਦਾ, ਵਿਆਹ ਸ਼ਾਦੀ 'ਚ ਵੀ ਚੱਲਦਾ ਹੁੰਦਾ ਵੀ ਹੁੰਦਾ ਅੱਜ ਕੰਮ ਜਾ ਯਾਰ। ਜਦ ਤੱਕ ਪ੍ਰਾਹੁਣਾ ਨਹੀਂ ਆਉਂਦਾ ਉਦੋਂ ਤੱਕ ਆਪਾਂ ਐਂ ਨਹੀਂ ਕਰਦੇ, ਜਦ ਤੱਕ ਮੁੰਡੇ ਦਾ ਫੁੱਫੜ ਨਹੀਂ ਆਉਂਦਾ ਉਦੋਂ ਤੱਕ ਐਂ ਨਹੀਂ ਕਰਦੇ ਜੀ। ਇਹ ਚੱਕਰ ਜਾਂਦਾ ਜੀ, ਤਾਂ ਕਰਕੇ, ਕਿਉਂਕਿ ਇੱਕ ਤਾਂ ਮੈਨੂੰ ਦੀਂਦਾ ਨਹੀਂ, ਇਸ ਕਰਕੇ ਮੈਂ ਪਰਚੀ ਇੱਧਰ ਫੜਾ ਦਿੰਦਾ। ਮੈਨੂੰ ਜਿਹੜਾ ਬੰਦਾ ਦੀਂਦਾ, ਜਿਵੇਂ ਰਵਾਣਾ ਸਾਹਿਬ ਤੋਂ ਮੈਨੂੰ ਦਿਸੇ, ਮੈਨੂੰ ਪਤਾ ਲੱਗ ਗਿਆ ਵੀ ਬਾਪੂ ਤੁਹਾਡੇ ਆਏ ਹੋਏ ਨੇ, ਮੈਨੂੰ ਪਤਾ ਲੱਗ ਗਿਆ ਜੀ ਵੀ ਇਸ ਕਰਕੇ ਵੀ ਉਹਦਾ ਨਾਮ। ਸਭ ਤੋਂ ਪਹਿਲਾਂ ਸਾਰੇ ਗਿੱਦੜ ਵਨਵਾਸੀਆਂ ਨੂੰ ਕਾਲ, ਹਾਏ ਹਾਏ ਹਾਏ, ਤੁਹਾਡੀਆਂ ਤਾਲੀਆਂ, ਪੰਜਾਬੀ ਦੇ ਵਿੱਚ ਤਾੜੀਆਂ, ਇਹ ਇੱਕ ਐਸਾ ਨਸ਼ਾ ਆਰਟਿਸਟ ਲਈ ਹੁੰਦਾ ਹੈ ਜੋ ਸਾਰੇ ਨਸ਼ਿਆਂ ਤੋਂ ਉੱਪਰ ਹੁੰਦਾ ਔਰ ਉਹਦੀ ਐਸੀ ਖੁਰਾਕ ਹੁੰਦੀ ਹੈ। ਸੋ ਤੁਹਾਡੇ ਦਰਸ਼ਨ ਕਰਕੇ ਬਹੁਤ ਹੀ ਖੁਸ਼ੀ ਹੋ ਰਹੀ ਹੈ। ਸਾਡੇ ਜਨਾਬ ਐਸੇ ਫਨਕਾਰ, ਪੰਜਾਬ ਦਾ ਐਸਾ ਥੰਮ, ਚਾਹੇ ਉਹ ਜਿਸਮਾਨੀ ਤੌਰ 'ਤੇ ਇਸ ਦੁਨੀਆਂ ਦੇ ਵਿੱਚ ਨਹੀਂ ਹੈ, ਪਰ ਉਹਨਾਂ ਦੀ ਆਵਾਜ਼ ਹਰ ਦਿਲ ਦੇ ਅੰਦਰ ਗੂੰਜਦੀ ਹੈ ਔਰ ਗੂੰਜਦੀ ਰਹੇਗੀ। ਜਨਾਬ ਹਾਕਮ ਸੂਫੀ, ਉਹਨਾਂ ਦੀ ਯਾਦ ਦੇ ਵਿੱਚ ਅੱਜ ਛੇਵਾਂ ਮੇਲਾ ਲਗਾਇਆ ਜਾ ਰਿਹਾ ਹੈ। ਸੋ ਇਸ ਮੇਲੇ ਦੇ ਵਿੱਚ ਤੁਸੀਂ ਬਹੁਤ ਹੀ ਵੱਡੇ ਇਕੱਠ ਦੇ ਰੂਪ ਦੇ ਵਿੱਚ ਆਏ ਹੋ, ਸਭ ਨੇ ਸ਼ਿਰਕਤ ਕੀਤੀ ਹੈ, ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡਾ ਸਭ ਦੇ। ਸਾਡੇ ਇਸ ਮੇਲੇ ਦੇ ਵਿੱਚ ਬਹੁਤ ਮਹਾਨ ਹਸਤੀਆਂ ਬੈਠੀਆਂ ਹੈ, ਬਰਾੜ ਸਾਹਿਬ ਵੀ ਹਾਜ਼ਰੀ ਲਗਵਾ ਕੇ ਗਏ ਹੈ, ਗੁਲਸ਼ਨ ਮੀਰ ਜੀ, ਸੁਰਾਂ ਦੇ ਸੁਲਤਾਨ, ਸੁਰਾਂ ਦੇ ਬਾਦਸ਼ਾਹ, ਇਹਨਾਂ ਦਾ ਪਰਿਵਾਰ, ਮੇਰੇ ਖਿਆਲ ਇਹਨਾਂ ਦੇ ਪਰਿਵਾਰ ਦੇ ਵਿੱਚ ਅਗਰ ਇਹਨਾਂ ਨੇ ਕੋਈ ਜਾਨਵਰ ਵੀ ਰੱਖਿਆ ਹੋਏਗਾ ਉਹ ਵੀ ਸੁਰ ਦੇ ਵਿੱਚ ਬੋਲਦਾ ਹੋਏਗਾ, ਕਿਉਂਕਿ ਜੈਸਾ ਖਾਂਦੇ ਹੈ, ਜੈਸਾ ਖਾਈਏ ਅੰਨ ਵੈਸਾ ਹੋਏ ਮਨ, ਉਹ ਜਿਸ ਦਾ ਜੈਸਾ ਖਾਂਦੇ ਹੈ ਉਹ ਵੈਸਾ ਰੰਗ ਚੜ੍ਹਦਾ। ਸੋ ਇਹਨਾਂ ਦੀਆਂ ਬੱਚੀਆਂ ਨੂੰ ਪਹਿਲੀ ਵਾਰ ਮੈਂ ਜਦੋਂ ਸੁਣਿਆ ਸੀ ਯੂਟਿਊਬ 'ਤੇ, ਸਿੱਧਾ ਇਹਨਾਂ ਦੀ ਆਵਾਜ਼ ਇੱਥੇ ਲੱਗੀ ਸੀ, ਪਤਾ ਲੱਗ ਜਾਂਦਾ ਕਿ ਇਸ ਆਰਟਿਸਟ ਨੇ ਕਿਹੜੀਆਂ ਬੁਲੰਦੀਆਂ ਨੂੰ ਛੂਣਿਆ। ਸੋ ਅੱਜ ਬਾਲੀਵੁੱਡ ਦੇ ਵਿੱਚ, ਅੱਗੇ ਹਾਲੀਵੁੱਡ ਵੀ ਤਿਆਰ ਹੈ, ਪਤਾ ਨਹੀਂ ਕਿੱਥੇ ਕਿੱਥੇ। ਸੋ ਇਹ ਤੁਹਾਡੀ ਸਭ ਦੀ ਰਹਿਮਤ ਹੈ। ਸਾਡੇ ਗੁਰਜੀਤ ਜੀ, ਰਮਾਣਾ ਸਾਹਿਬ, ਧੀਰ ਸਾਹਿਬ, ਜਾਨੀ ਕਿਹਦਾ ਕਿਹਦਾ ਨਾਮ ਲਵਾਂ, ਸਾਰੀ ਜਿੰਨਾ ਵੀ ਮੀਡੀਆ ਆਇਆ, ਸਭ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਕਿਉਂਕਿ ਨਾਮ ਸਭ ਦੇ ਲੈ ਨਹੀਂ ਸਕਦਾ, ਮਾਫੀ ਚਾਹੁੰਦਾ। ਔਰ ਮੇਰੀ ਸਭ ਨੂੰ ਦੁਆ, ਸਲਾਮ, ਇਹ ਕਬੂਲ ਕਰ ਲਿਓ, ਸਤਿ ਸ਼੍ਰੀ ਅਕਾਲ ਕਬੂਲ ਕਰ ਲਿਓ, ਜਿੰਨੀ ਵੀ ਪੰਜਾਬ ਪੁਲਿਸ ਹੈ, ਸਭ ਦੇ ਲਈ, ਔਰ ਜਿਹੜੇ ਹਜੇ ਪੰਜਾਬ ਪੁਲਿਸ ਚ ਭਰਤੀ ਹੋਣਗੇ ਉਹਨਾਂ ਲਈ,
ਜਿਹੜੇ ਵਿਆਹੇ ਆ ਉਹਨਾਂ ਲਈ ਵੀ, ਜਿਹੜੇ ਕੁਆਰੇ ਆ ਉਹਨਾਂ ਲਈ। ਹੈਲੋ 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 ਹੈਲੋ, ਤੁਸੀਂ ਉਹਨਾਂ ਵਾਸਤੇ ਗੱਲ ਕੀ ਸੀ? ਗੁਲਸ਼ਨ ਜੀ ਵਾਸਤੇ ਬਿਨੇ ਦੇ, ਔਰ ਗੁਲਸ਼ਨ ਜੀ ਦੇ ਨਾਲ ਸਾਡੇ ਸਾਈਂ ਜੀ ਬੈਠੇ ਆ। ਮੈਂ ਪ੍ਰਣਾਮ ਕਰਦਾ ਜੀ ਤੁਹਾਡੇ ਚਰਨਾਂ ਦੇ ਵਿੱਚ। ਤੁਹਾਨੂੰ ਕਹਿੰਦੇ ਗੁਲਸ਼ਨ ਜੀ ਨੇ ਕੋਈ ਜਾਨਵਰ ਵੀ ਘਰੇ ਰੱਖਿਆ ਹੋਣਾ, ਕੋਈ ਸੁਰ ਚੁਰ ਬੋਲਦਾ ਹੋਊਗਾ। ਮੈਂ ਐਂ ਕਹਿੰਦਾ ਤੁਹਾਡੇ ਘਰੇ ਜੇ ਕੋਈ ਭਾਂਡੇ ਵੀ ਡਿੱਗਦੇ ਹੋਣ, ਸੁਰ ਚ ਡਿੱਗਦੇ ਹੋਣ। ਥੈਂਕ ਯੂ ਸਰ, ਮੈਂ ਸਦਕੇ ਜਾਵਾਂ ਉਸ ਮਾਂ ਦੇ ਜਿਹਨੇ ਨੋਰਾਂ ਵਰਗੀਆਂ ਕੁੜੀਆਂ ਜੰਮੀਆਂ, ਕਿਆ ਬਾਤ ਹੈ, ਜਿਹਨਾਂ ਨੇ ਸਾਡੇ ਪੰਜਾਬ ਦਾ, ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਬਾਹਰ ਲਿਖਣ। ਯਾਰ ਦਾ ਦੀਦਾਰ ਹੋਵੇ, ਆ ਬਠਿੰਡੇ ਪਿੱਛੇ ਜੇ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਹੋਇਆ, ਮੈਂ ਬਠਿੰਡੇ ਦੇ ਵਿੱਚ ਆਇਆ ਕਿਉਂਕਿ ਅਣਜਲ ਬੰਦੇ ਨੂੰ ਪਤਾ ਨਹੀਂ ਕਿੱਥੇ ਖਿੱਚ ਕੇ ਲੈ ਜਾਂਦਾ। ਕੁਝ ਚੀਜ਼ਾਂ ਸਾਡੇ ਵੱਸ ਦੇ ਵਿੱਚ ਹੁੰਦੀਆਂ, ਪਰ ਫਿਰ ਵੀ ਇੱਕ ਐਸੀ ਪਾਵਰ, ਐਸੀ ਤਾਕਤ ਹੈ ਜੋ ਸਾਨੂੰ ਪਤਾ ਨਹੀਂ ਕਿੱਥੇ ਕਿੱਥੇ ਘੁਮਾਉਂਦੀ ਰਹਿੰਦੀ ਹੈ। ਜਿਸ ਤਰ੍ਹਾਂ ਪਹਿਲਾਂ ਸ਼ੇਰਾਂ ਦੇ ਵਿੱਚ ਤੁਸੀਂ ਸੁਣੇ ਹੈ। ਸੋ ਕਾਫੀ ਦੇਰ ਬਾਅਦ ਮੈਂ 10-12 ਸਾਲਾਂ ਬਾਅਦ ਉੱਥੇ ਪ੍ਰੋਗਰਾਮ ਕੀਤਾ। ਬੜੇ ਮੇਰੇ ਸੰਗੀ ਸਾਥੀ ਬਠਿੰਡੇ ਦੇ ਲੋਕ ਇਸੇ ਕਰਕੇ ਦੇਖਣ ਆਏ, ਕਹਿੰਦੇ ਪ੍ਰਗਟ ਨੂੰ ਦੇਖਣ ਜਾਂਦੇ ਵੀ ਕਿੰਨਾ ਕੁ ਬੁੜਾ ਹੋ ਗਿਆ ਹੋਣਾ। ਸੋ ਗੱਲ ਇਹ, ਬੁੜੇ ਤਾਂ ਹੋ ਜਾਈਏ, ਪਰ ਤੁਹਾਡਾ ਜਿਹੜਾ ਪਿਆਰ ਹੈ, ਤੁਹਾਡੀਆਂ ਤਾਲੀਆਂ, ਤੁਹਾਡੀ ਜਿਹੜੀ ਮੁਸਕਾਨ ਹੈ, ਇਹ ਆਰਟਿਸਟ ਲਈ ਹਮੇਸ਼ਾ ਉਹਨੂੰ ਜਵਾਨੀ ਹਮੇਸ਼ਾ ਬਖਸ਼ੀ ਰੱਖਦੀ ਹੈ। ਯਾਰ ਦਾ ਦੀਦਾਰ ਹੋਵੇ, ਹੋਵੇ ਲਗਾਤਾਰ ਹੋਵੇ, ਯਾਰ ਦਾ ਦੀਦਾਰ ਹੋਵੇ, ਹੋਵੇ ਲਗਾਤਾਰ ਹੋਵੇ, ਯਾਰ ਦਾ ਦੀਦਾਰ ਹੋਵੇ, ਹੋਵੇ ਲਗਾਤਾਰ ਹੋਵੇ, ਯਾਰ ਦਾ ਦੀਦਾਰ ਹੋਵੇ, ਹੋਵੇ ਲਗਾਤਾਰ ਹੋਵੇ। ਨਾ ਕੋਈ ਵਿੱਚ ਪਰਦਾ, ਨਾ ਕੋਈ ਵਿੱਚ ਪਰਦਾ, ਨਾ ਕੋਈ ਦੀਵਾਰ ਹੋਵੇ, ਯਾਰ ਦਾ ਦੀਦਾਰ ਹੋਵੇ, ਹੋਵੇ ਲਗਾਤਾਰ ਹੋਵੇ, ਯਾਰ ਦਾ ਦੀਦਾਰ ਹੋਵੇ, ਹੋਵੇ ਲਗਾਤਾਰ ਹੋਵੇ। ਨਾ ਕੋਈ ਵਿੱਚ ਪਰਦਾ, ਨਾ ਕੋਈ ਵਿੱਚ ਪਰਦਾ, ਨਾ ਕੋਈ ਦੀਵਾਰ ਹੋਵੇ, ਯਾਰ ਦਾ ਦੀਦਾਰ ਹੋਵੇ, ਲਗਾਤਾਰ ਹੋਵੇ, ਯਾਰ ਦਾ ਦੀਦਾਰ ਹੋਵੇ, ਹੋਵੇ ਲਗਾਤਾਰ ਹੋਵੇ। Thank you.
ਇਸ਼ਾਰਾ ਸਮਝਿਆ ਕਰੋ ਬਸ। ਇਹ ਮੇਰੀ ਮੁੱਠੀ ਬੰਦ ਕਰਨ ਦਾ ਮਤਲਬ ਮੈਂ ਅੱਗੇ ਕੁਝ ਸੁਣਾਉਣਾ, ਤੁਹਾਡੀ ਵਾਰੀ ਆਏਗੀ ਤੁਹਾਨੂੰ ਵੀ ਦਿਆਂਗੇ, ਜਦ ਮੈਨੂੰ ਵੀ ਦਿਆ ਕਰੋ। ਦਿਨ ਹੈ ਯਾ ਰਾਤ ਮੈਨੂੰ, ਦਿਨ ਹੈ ਯਾ ਰਾਤ ਮੈਨੂੰ, ਕੋਈ ਵੀ ਨਾ ਸਾਰ ਹੋਵੇ ਯਾਰ ਦਾ ਦੀਦਾਰ ਹੋਵੇ, ਲਗਾਤਾਰ ਹੋਵੇ ਯਾਰ ਦਾ ਦੀਦਾਰ ਹੋਵੇ, ਆਹ ਲਗਾਤਾਰ ਹੋਵੇ, ਨਾ ਕੋਈ ਵਿੱਚ ਪਰਦਾ, ਨਾ ਕੋਈ ਵਿੱਚ ਪਰਦਾ, ਨਾ ਕੋਈ ਦੀਵਾਰ ਹੋਵੇ ਯਾਰ ਦਾ ਦੀਦਾਰ। ਉਸਤਾਦ ਗੁਲਸ਼ਨ ਵੀਰ ਜੀ, ਇਹ ਤੁਹਾਡਾ ਬਹੁਤ ਵੱਡਾ ਸਾਡੇ ਲਈ ਇੱਕ ਆਪਣੇ ਬੱਚਿਆਂ ਨੂੰ ਜੋ ਤੁਸੀਂ ਪਿਆਰ ਦਿੱਤਾ, ਤੇ ਦਿਲੋਂ ਸ਼ੁਕਰਗੁਜ਼ਾਰ। ਦਿਲਾਂ ਨਾਲ ਦਿਲਾਂ ਵਾਲੀ, ਦਿਲਾਂ ਨਾਲ ਦਿਲਾਂ ਵਾਲੀ, ਦਿਲਾਂ ਨਾਲ ਦਿਲਾਂ ਵਾਲੀ ਜੁੜੀ ਸਦਾ ਤਾਰ ਹੋਵੇ ਯਾਰ ਦਾ ਦੀਦਾਰ ਹੋਵੇ, ਆਹ ਲਗਾਤਾਰ ਹੋਵੇ ਯਾਰ ਦਾ ਦੀਦਾਰ ਹੋਵੇ, ਉਹ ਲਗਾਤਾਰ ਹੋਵੇ, ਨਾ ਕੋਈ ਵਿੱਚ ਪਰਦਾ, ਨਾ ਹੀ ਦੀਵਾਰ ਹੋਵੇ, ਨਾ ਕੋਈ ਵਿੱਚ ਪਰਦਾ, ਨਾ ਹੀ ਦੀਵਾਰ ਹੋਵੇ, ਵਿੱਚ ਪਰਦਾ ਨਾ ਵੀ ਦੀਵਾਰ ਹੋਵੇ ਯਾਰ ਦਾ ਦੀਦਾਰ ਹੋਵੇ। ਥੈਂਕ ਯੂ ਸੋ ਮਚ, ਕਿਉਂਕਿ ਤਾਲੀ ਵਜਾਉਣ ਲਈ ਵੀ ਬਹੁਤ ਹਿੰਮਤ ਕਰਨੀ ਪੈਂਦੀ ਹੈ, ਹੱਥ ਪਤਾ ਨਹੀਂ ਕਿੱਥੇ ਕਿੱਥੇ ਐਡਜਸਟ ਹੋ ਜਾਂਦੇ ਆ, ਸੋ ਤੁਸੀਂ ਤਾਲੀਆਂ ਵਜਾ ਰਹੇ ਹੋ, ਵਾਜੇ ਸਾਡੇ ਜਨਾਬ ਹਾਕਮ ਸੂਫੀ ਜੀ ਜਿਨ੍ਹਾਂ ਦੀ ਯਾਦ ਦੇ ਵਿੱਚ ਮੇਲਾ ਲੱਗ ਰਿਹਾ, ਸੋ ਉਹਨਾਂ ਲਈ ਕੁਛ ਲਾਈਨਾਂ ਮੈਂ ਤੁਹਾਡੀ ਨਜ਼ਰ ਕਰਨ ਲੱਗਿਆ। ਪਾਣੀ ਦੀ ਬੋਤਲ ਸਿੰਪਲ, ਸਾਦੇ ਦੀ ਪਾਣੀ ਕਿਤੋਂ ਮਿਲ ਜੂਗਾ,
ਜਦ ਉਹ ਮੈਨੂੰ ਛੋ ਲੈਂਦਾ ਸੀ, ਮੇਰੇ ਰੋਮ ਰੋਮ ਛਨ ਛਨ ਕਰਦਾ ਸੀ, ਜਦ ਉਹ ਮੈਨੂੰ ਛੋ ਲੈਂਦਾ ਸੀ, ਤਾਲ ਮੇਰੀ ਤੇ ਸੁਰ ਆਪਣੇ ਮਿਲਾ ਕੇ ਸਭ ਦੇ ਦਿਲਾਂ ਨੂੰ ਮੋਹ ਲੈਂਦਾ ਸੀ। ਤਾਲ ਮੇਰੀ ਤੇ ਸੁਰ ਆਪਣੇ ਮਿਲਾ ਕੇ ਸਭ ਦੇ ਦਿਲਾਂ ਨੂੰ ਮੋਹ ਲੈਂਦਾ ਸੀ। ਉਹਦੀ ਯਾਦ ਚ ਰੋਂਦੀ ਰਹਿੰਦੀ ਆ, ਮੇਰੀ ਜਿੰਦ ਪਈ ਖੁਸਦੀ ਏ, ਕਿੱਥੇ ਗਿਆ ਮੇਰਾ ਹਾਕਮ ਸੂਫੀ ਡਫਲੀ ਪੁੱਛਦੀ 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 ਏ, ਪੁੱਛਦੀ ਏ ਡਫਲੀ ਪੁੱਛਦੀ ਏ, ਪੁੱਛਦੀ ਏ ਡਫਲੀ ਪੁੱਛਦੀ ਏ। ਉਹ ਗਾਉਂਦਾ ਸੀ ਮੈਂ ਗਾਉਂਦੀ ਸੀ, ਉਹ ਨੱਚਦਾ ਤੇ ਮੈਂ ਨੱਚਦੀ ਸੀ, ਉਹ ਗਾਉਂਦਾ ਸੀ ਮੈਂ ਗਾਉਂਦੀ ਸੀ, ਉਹ ਨੱਚਦਾ ਤੇ ਮੈਂ ਨੱਚਦੀ ਸੀ, ਦਿਨ ਰਾਤ ਉਦਾਸ ਜੀ ਰਹਿੰਦੀ ਆਂ, ਉਹਦੇ ਨਾਲ ਮੈਂ ਹੱਸਦੀ ਵੱਸਦੀ ਸੀ, ਉਹਦੇ ਨਾਲ ਮੈਂ ਹੱਸਦੀ ਵੱਸਦੀ, ਉਹਦੇ ਨਾਲ ਮੈਂ ਹੱਸਦੀ ਵੱਸਦੀ, ਉਹਦੇ ਨਾਲ ਮੈਂ ਹੱਸਦੀ ਵੱਸਦੀ, ਵਿਛੜਿਆਂ ਦੇ ਮੇਲ ਹੋ ਜਾਣ ਕਿਤੇ, ਵਿਛੜਿਆਂ ਦੇ ਮੇਲ ਹੋ ਜਾਣ ਕਿਤੇ, ਭਈ ਸੁੱਖਾਂ ਸੁੱਖ ਦੀਏ, ਕਿੱਥੇ ਗਿਆ ਮੇਰਾ ਹਾਕਮ ਸੂਫੀ ਟਪਲੀ 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 ਪੁੱਛਦੀ ਏ, ਕਿੱਥੇ ਗਿਆ ਮੇਰਾ ਹਾਕਮ ਸੂਫੀ ਟਫਲੀ ਪੁੱਛਦੀ ਏ, ਕਿੱਥੇ ਗਿਆ ਮੇਰਾ ਹਾਕਮ ਸੂਫੀ ਟਫਲੀ ਪੁੱਛਦੀ ਏ। ਉਹ ਮੇਰੇ ਪੇਕੇ ਸਹੁਰੇ ਸੀ ਤੇ ਉਹ ਮੇਰਾ ਸੋਹਣਾ ਮਾਹੀ ਸੀ, ਉਹ ਮੇਰੇ ਪੇਕੇ ਸਹੁਰੇ ਸੀ, ਉਹ ਮੇਰਾ ਸੋਹਣਾ ਮਾਹੀ ਸੀ, ਉਹਦੇ ਗੀਤ ਨੇ ਧੀਆਂ ਪੁੱਤ ਮੇਰੇ ਤੇ ਮੈਂ ਉਹਦੇ ਨਾਲ ਵਿਆਹੀ ਸੀ, ਉਹਦੇ ਨਾਲ
ਪ੍ਰਗਟ ਯਾਰ ਬਿਨਾ, ਲੱਗੇ ਨਾ ਪ੍ਰਗਟ ਯਾਰ ਬਿਨਾ, ਯਾਦ ਆਉਂਦੀ ਉਸਦੀ ਕਿੱਥੇ ਗਿਆ ਮੇਰਾ ਹੱਕ ਮਸੂਫੀ ਟਪਲੀ ਪੁੱਛਦੀ ਏ, ਕਿੱਥੇ ਗਿਆ ਮੇਰਾ ਹੱਕ ਮਸੂਫੀ ਟਪਲੀ ਪੁੱਛਦੀ ਏ, ਕਿੱਥੇ ਗਿਆ ਮੇਰਾ ਹੱਕ ਮਸੂਫੀ ਟਪਲੀ ਪੁੱਛਦੀ ਏ, ਕਿੱਥੇ ਗਿਆ ਮੇਰਾ ਹੱਕ ਮਸੂਫੀ ਟਪਲੀ ਪੁੱਛਦੀ, ਟਪਲੀ ਪੁੱਛਦੀ, ਟਪਲੀ ਪੁੱਛਦੀ ਏ। ਵਾਹ ਜੀ ਵਾਹ, ਵਾਹ ਜੀ ਵਾਹ। ਕਿੱਥੇ ਗਿਆ ਮੇਰਾ ਹਾਕਮ ਸੂਫੀ ਟਫਲੀ ਪੁੱਛਦੀ ਹੈ। ਵਾਕਈ ਕਿਉਂਕਿ ਦੋ ਦਿਲਾਂ ਦੇ ਵਿੱਚ ਦੋਨਾਂ ਦੀ ਸਾਂਝ ਹੀ ਐਸੀ ਸੀ। ਸੋ ਅੱਗੇ ਵਧਾਈਏ ਪ੍ਰੋਗਰਾਮ ਨੂੰ। ਕੁਵਾਰੇ ਕਿੰਨੇ ਕੁ ਬੈਠੇ ਇੱਥੇ? ਆਏ ਹੋਏ, ਉਹ ਤੁਰਾ ਪੁਲਾ, ਮੈਨੂੰ ਲੱਗਦਾ ਸਾਰੇ ਕੁਵਾਰੇ ਆਏ, ਵਿਆਹ ਨੂੰ ਆਉਣ ਹੀ ਨਹੀਂ ਦਿੱਤਾ। ਲੋ ਜੀ, ਨਜ਼ਰ ਜਬ ਉੱਠੀ ਤੋ ਕਯਾ ਬਨ ਗਈ, ਵੋਹੀ ਨਜ਼ਰ ਝੁਕੀ ਤੋ ਹਯਾ ਬਨ ਗਈ, ਜ਼ਰਾ ਤਿਰਛੀ ਹੋਈ ਤੋ ਯਾਦਾ ਬਨ ਗਈ, ਨਜ਼ਰ ਜਬ ਮਿਲੀ ਤੋ ਦੁਆ ਬਨ ਗਈ, ਦੁਆ ਬਨ ਗਈ, ਦੁਆ ਬਨ ਗਈ। ਨਜ਼ਰ ਕੋ ਇੱਕ ਦਿਨ ਨਜ਼ਰ ਸੇ ਹਮਨੇ ਨਜ਼ਰ ਮਿਲਾ ਕੇ ਨਜ਼ਰ ਸੇ ਦੇਖਾ, ਨਜ਼ਰ ਕੋ ਇੱਕ ਦਿਨ ਨਜ਼ਰ ਸੇ ਹਮਨੇ ਨਜ਼ਰ ਮਿਲਾ ਕੇ ਨਜ਼ਰ ਸੇ ਦੇਖਾ, ਕਿਆ ਦੇਖਾ, ਯੇ ਦਿਲ ਇੱਕ ਮੰਦਿਰ ਹੈ ਤੁਮ ਉਸ ਕੀ ਮੂਰਤ ਹੋ, ਕਿਸੀ ਨੇ ਸੱਚ ਕਹਾ ਤੁਮ ਕਿਤਨੇ ਖੂਬਸੂਰਤ ਹੋ। ਕਿਉਂ ਪੈਦਾ ਤੇ ਗੋਰੇ ਨੀ ਸਾਨੂੰ ਪਸੰਦ ਕਰਦੇ, ਜਾਂ ਤਾਂ ਕਾਲੀਆਂ ਨੂੰ ਰਜਮਾ ਰੂਪ ਦੇ ਦੇ, ਜਾਂ ਗੋਰੇ ਜੰਮਣ ਜਹਾਨ ਤੋਂ ਬੰਦ ਕਰਦੇ। ਲਓ ਜੀ ਸਾਰਿਆਂ ਲਈ, ਜਿੰਨੇ ਤੁਸੀਂ ਅਜੇ ਵਿਆਹ ਹੋਣ ਵਾਲਾ ਹੈ, ਠੀਕ ਹੈ ਨਾ, ਪਤਾ ਲੱਗਿਆ ਅੱਜ ਕਿਹਦਾ ਕਿਹਦਾ ਵਿਆਹ ਹੋਣ ਵਾਲਾ ਹੈ ਜੀ। ਉਹ ਕਰਦੇ ਸਾਡੇ ਵੀ ਮੁਕੱਦਰਾਂ 'ਚ, ਇਹ ਚੰਨੀ ਰਖਾਲੇ ਵਾਲੇ ਦਾ ਗੀਤ ਹੈ, ਇਹ ਤੁਹਾਡਾ ਬਿਲਕੁਲ ਹੀ ਗੁਆਂਢੀ ਪਿੰਡ ਹੈ। ਸਾਡੇ ਵੀ ਮੁਕੱਦਰਾਂ 'ਚ ਕਿੰਨਕ ਨੱਕ ਨੱਕ, ਸਾਡੇ ਵੀ ਮੁਕੱਦਰਾਂ 'ਚ ਕਿੰਨਕ ਨੱਕ, ਸਾਡੇ ਵੀ ਮੁਕੱਦਰਾਂ 'ਚ ਕਿੰਨਕ ਨੱਕ ਨੱਕ, ਸਾਡੇ ਵੀ ਮੁਕੱਦਰਾਂ 'ਚ, ਸਾਡੇ ਵੀ ਮੁਕੱਦਰਾਂ 'ਚ ਲਿਖਦੇ। ਸੋਹਣੀ ਜਿਹੀ ਕੁੜੀ ਦਾ ਪਿਆਰ ਮੇਰਾ ਬਾ, ਕੁੜੀ ਦਾ ਪਿਆਰ ਮੇਰਾ ਬਾ, ਸੋਹਣੀ ਜਿਹੀ ਕੁੜੀ ਦਾ ਪਿਆਰ ਮੇਰਾ ਬਾ, ਸੋਹਣੀ ਜਿਹੀ ਕੁੜੀ ਦਾ ਪਿਆਰ ਮੇਰਾ ਬਾ। ਕਦੇ ਸਾਡੇ ਵੀ ਮੁਕੱਦਰਾਂ 'ਚ, ਸਾਡੇ ਵੀ ਮੁਕੱਦਰਾਂ 'ਚ, ਸਾਡੇ ਵੀ ਮੁਕੱਦਰਾਂ 'ਚ ਲਿਖਦੇ। ਸੋਹਣੀ ਜਿਹੀ ਕੁੜੀ ਦਾ ਪਿਆਰ ਮੇਰਾ ਬਾ, ਸੋਹਣੀ ਜਿਹੀ ਕੁੜੀ ਦਾ ਪਿਆਰ ਮੇਰਾ ਬਾ, ਸੋਹਣੀ ਜਿਹੀ ਕੁੜੀ ਦਾ ਪਿਆਰ ਮੇਰਾ ਬਾ, ਸੋਹਣੇ ਜਿਹੀ, ਸੋਹਣੇ ਜਿਹੀ, ਸੋਹਣੇ ਜਿਹੀ ਕੁੜੀ ਦਾ ਪਿਆਰ ਮੇਰਾ ਬਾ।
ਕਿਸੇ ਦਿਨ ਤੇ ਕਰੀਏ ਉਡੀ ਗੁਜ਼ਾਰਾ ਸਾਰਾ ਦਿਨ ਕੱਢ ਕਿਸੇ ਮੋੜ ਤੇ ਅਸੀਂ ਵੀ ਕਿਸੇ ਦਿਨ ਤੇ ਕਰੀਏ ਉਡੀ ਗੁਜ਼ਾਰਾ ਸਾਰਾ ਦਿਨ ਕੱਢ ਕਿਸੇ ਮੋੜ ਤੇ ਕਦੇ ਅੱਕੀਏ ਨਾ ਅਸੀਂ ਕਦੇ ਥੱਕੀਏ ਕਦੇ ਅੱਕੀਏ ਨਾ ਅਸੀਂ ਕਦੇ ਥੱਕੀਏ ਕਰ ਕਰ ਸੱਜਣਾ ਦਾ ਇੰਤਜ਼ਾਰ ਵੇ ਰੱਬਾ ਇੰਤਜ਼ਾਰ ਵੇ ਰੱਬਾ ਇੰਤਜ਼ਾਰ ਵੇ ਰੱਬਾ ਸਾਡੇ ਵੀ ਮੁਕੱਦਰਾਂ ਚ ਸਾਡੀਆਂ ਮੁਕੱਦਰਾਂ ਚ ਸਾਡੀਆਂ ਮੁਕੱਦਰਾਂ ਚ ਲਿਖਦੇ ਸੋਹਣੀ ਜਿਹੀ ਕੁੜੀ ਦਾ ਪਿਆਰ ਮੇਰਾ ਬਾ ਕੁੜੀ ਦਾ ਪਿਆਰ ਮੇਰਾ ਬਾ ਸੋਹਣੀ ਜਿਹੀ ਕੁੜੀ ਦਾ ਪਿਆਰ ਮੇਰਾ ਬਾ ਸੋਹਣੀ ਜਿਹੀ ਕੁੜੀ ਦਾ ਪਿਆਰ ਮੇਰਾ ਬਾ ਚੰਨੀ ਬਾਰੇ ਕਰੇਗਾ ਵਿਚਾਰ ਵੇ ਰੱਬਾ ਵਿਚਾਰ ਵੇ ਰੱਬਾ ਵਿਚਾਰ ਵੇ ਰੱਬਾ ਸਾਡੀਆਂ ਮੁਕੱਦਰਾਂ ਚ ਸਾਡੀਆਂ ਮੁਕੱਦਰਾਂ ਚ ਸਾਡੀਆਂ ਮੁਕੱਦਰਾਂ ਚ ਲਿਖਦੇ ਸੋਹਣੀ ਜਿਹੀ ਕੁੜੀ ਦਾ ਪਿਆਰ ਵੇ ਰੱਬਾ 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 ਕਦੇ ਸਾਡੇ ਵੀ ਮੁਕੱਦਰਾਂ ਚ ਲਿਖਦੇ ਮਾਪਿਆਂ ਨੇ ਘਰ ਰੱਖੀ ਲਾਡਲੀ ਸਹੁਰੇ ਲਾ ਲਈ ਕੰਮ ਵੇ ਕਿਉਂਕਿ ਵਿਆਹ ਕੀ ਆ ਗਈ ਹੈ ਮੇਰਾ ਉੱਡੇ ਜਾਲਮਾ ਸੋਨੇ ਵਰਗਾ ਰੰਗ ਵੇ ਇੱਧਰ ਵੀ ਉੱਡਿਆ ਵਾ ਲੱਗਦਾ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਸੁਨੇਹੀ ਤੇਰੇ ਸਿਰ ਚ ਗੰਜ ਪੈ ਗਿਆ ਕਹਿੰਦੇ ਹੁੰਦੇ ਆ ਜਿਹਦੇ ਸਿਰ 'ਚ ਗੰਜ ਪੈ ਜਾਵੇ ਉਹਦੇ ਕੋਲ ਪੈਸੇ ਬਹੁਤ ਆ ਜਾਂਦੇ ਆ ਕਹਿੰਦਾ ਕਾਹਨੂੰ ਮੇਰੇ ਤਾਂ ਲੈਣ ਦੇਣ ਵਾਲੇ ਨੇ ਪੱਟਦੇ ਭਰਾਵਾ ਸੋ ਇਹੋ ਜਿਹਾ ਗੰਜ ਤਾਂ ਕਿਸੇ ਦੇ ਨਾ ਪਵੇ ਉਹ ਦੇਖੀ ਦੇਖੀ ਭਰਾਵਾ ਮਾਈਕ ਫੜ ਲਿਆ ਨਾ ਕੁਛ ਨਹੀਂ ਮੈਂ ਤੁਹਾਨੂੰ ਨਹੀਂ ਕੁਛ ਨਾ ਮੈਂ ਗੁਲਸ਼ਨ ਜੀ ਨੂੰ ਕਹਿੰਦਾ ਸਾਡੇ ਥੋੜ੍ਹੇ ਦੇ ਦਿਓ ਥੋੜ੍ਹੇ ਦੇ ਦਿਓ ਬਸ ਘਰ ਵਾਲੀ ਨੂੰ ਧਰਨਾ ਐਂ ਲੱਗਾ ਜਿਵੇਂ ਸ਼ਾਹਰੁਖ ਖਾਨ ਆਉਂਦਾ ਹਾਂ
ਥੈਂਕ ਯੂ ਬਸ ਤੁਸੀਂ ਖੁਸ਼ ਹੋ ਗਏ ਰੱਬ ਖੁਸ਼ ਹੋ ਗਏ ਥੈਂਕ ਯੂ ਸਾਡੇ ਲਵਜੀਤ ਜੀ ਜੋ ਬਹੁਤ ਹੀ ਪਿਆਰੇ ਆਰਟਿਸਟ ਹੈ ਔਰ ਮੇਰਾ ਛੋਟਾ ਭਰਾ ਕਾਲਾ ਅੱਜ ਕੱਲ੍ਹ ਇਹਨਾਂ ਦਾ ਬੇਟਾ ਬਹੁਤ ਅੱਛਾ ਢੋਲ ਵਜਾਉਂਦਾ ਅਸੀਂ ਬਹੁਤ ਚਿਰੇ ਇਕੱਠੇ ਕੰਮ ਕੀਤਾ ਬਹੁਤ ਸਾਲ ਸੋ ਹਮੇਸ਼ਾ ਕਰਦੇ ਰਹੀਏ ਜਿਨ੍ਹਾਂ ਵੀ ਦੋਸਤਾਂ ਨੇ ਇਨਾਮ ਦਿੱਤੇ ਹੈ ਪਿਆਰ ਦਿੱਤੇ ਹੈ ਇਹ ਸਿਰਫ ਇਹ ਪਿਆਰ ਨਹੀਂ ਜਿਹੜਾ ਤੁਹਾਡੀਆਂ ਤਾਲੀਆਂ ਦਾ ਪਿਆਰ ਹੈ ਉਹ ਵੀ ਬਰਾਬਰ ਹੈ ਇਹ ਬਰਾਬਰ ਹੀ ਮੰਨਿਆ ਜਾਏਗਾ ਸੋ ਥੈਂਕ ਯੂ ਸੋ ਮਚ ਮਾਪਿਆਂ ਨੇ ਘਰ ਰੱਖੀ ਲਾਡਲੀ ਸਹੁਰੇ ਲਾ ਲਈ ਕੰਮ ਵੇ ਮੇਰਾ ਉੱਡੇ ਜ਼ਾਲਮਾ ਸੋਨੇ ਵਰਗਾ ਤਰਨਕ ਤਤਨਕ 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 ਦਰਨਕ ਤਤਨਕ 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 ਦਰਨਕ ਤਤਨਕ 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 ਦਰਨਕ ਤਤਨਕ 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 ਦਰਨਕ ਰੱਖੀ ਲਾਡਲੀ ਮਾਪਿਆਂ ਨੇ ਘਰ ਰੱਖੀ ਲਾਡਲੀ ਮਾਪਿਆਂ ਨੇ ਘਰ ਰੱਖੀ ਲਾਡਲੀ ਰੱਖੀ ਲਾਡਲੀ ਰੱਖੀ ਲਾਡਲੀ ਰੱਖੀ ਲਾਡਲੀ ਸਹੁਰੇ ਲਾਲੀ ਕੰਮ ਵੇ ਚੰਨਾ ਵੇ ਤੇਰਾ ਆਉਣਾ ਜਾਣਾ ਉਹ ਬੂਹੇ ਤੇ ਠੇਕਾ
ਖਸਮਾ ਖਾਣਾ ਘਰੇ ਤਾਂ ਪੁੱਜਦੀ ਭੰਗਵੇ ਵਿਰਕਾ ਘਰ ਵਿੱਚ ਹੋਈ ਨੀ ਮਾਣੀ ਗੱਲੀ ਨਾ ਵਾਰੇ ਦਿੰਦੀ ਆਉਣ ਜਠਾਣੀ ਮੇਰੇ ਨਾ ਮੁੱਕਦੇ ਕੰਮ ਵੇ ਮੇਰਾ ਚੱਲ ਆਪੇ ਬੰਦ ਕਰ ਲੈਣਗੇ ਲੱਗਿਆ ਕੰਪੀਟੀਸ਼ਨ ਸਾਰਿਆਂ ਨਾਲ ਹੋ ਰਿਹਾ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਥੈਂਕ ਯੂ ਥੈਂਕ ਯੂ ਥੈਂਕ ਯੂ ਲਓ ਜੀ ਹੁਣ ਦੌਰ ਇੱਦਾਂ ਦਾ ਚੱਲ ਪਿਆ ਕਹਿੰਦੇ ਕਿੱਧਰ ਗਈਆਂ ਮੁਟਿਆਰਾਂ ਚਰਖੇ ਸੁਣਨੇ ਪਏ ਹਾਂਜੀ ਬੇਗੀ ਪਾਉਂਦੀ ਪਰਮੇਸ਼ਾ ਡੋਲੀ ਚੁੱਕ ਲਈ ਜਦੋਂ ਕਹਾਰਾ ਮਿਰਜ਼ਾ ਕਹਿੰਦੇ ਮਰ ਲੱਗੇ ਉਹਨਾਂ ਔਖਾ ਨਹੀਂ ਹੋਇਆ ਜਿੰਨਾ ਕਲਾਕਾਰਾਂ ਨੂੰ ਕਰ ਗਿਆ ਨਹੀਂ ਪ੍ਰਭੂ ਅਸੀਂ ਤਾਂ ਗਾ ਲੈਂਦੇ ਹਾਂ ਪਰ ਜਿਹਨੂੰ ਮਰਨਾ ਪੈਂਦਾ ਨਾ ਉਹ ਵੀ ਇਸ਼ਕ ਦੇ ਵਿੱਚ ਸੋ ਕੋਸ਼ਿਸ਼ ਕਰੂੰਗਾ ਕਿਉਂਕਿ ਮੈਨੂੰ ਦੂਸਰੇ ਆਰਟਿਸਟਾਂ ਦਾ ਵੀ ਫਿਕਰ ਹੁੰਦਾ ਹੈ ਸਾਡੇ ਗੁਲਸ਼ਨ ਜੀ ਬੈਠੇ ਇਹਨਾਂ ਦੀ ਪਰਿਵਾਰ ਬੈਠਾ ਹੈ ਸਾਈਂ ਜੀ ਬੈਠੇ ਹੈ ਲਓ ਜੀ ਪਹਿਲਾਂ ਬੇਗੀ ਪਾਨ ਦੀ ਕਹਿ ਦਿੰਦੇ ਹਾਂ ਕੁੜੀਏ ਨੀ ਕੁੜੀਏ ਗੁਲਾਬ ਰੰਗੀਏ ਸ਼ਰਾਬ ਰੰਗੀਏ ਰਾਬ ਰੰਗੀਏ ਕਲਕ ਚੰਗ ਦਕ ਕਲਕ ਚੰਗ ਦਕ ਕਲਕ ਚੰਗ ਦਕ ਪੁਲਾ
ਮਨਾਵਣ ਲਈ, ਤੇ ਕੋਈ ਪੀਂਦਾ ਹੈ ਖੁਸ਼ੀ ਮਨਾਵਣ ਲਈ, ਕੋਈ ਹਿਜ਼ਰ ਦੀ ਅਗਲੀ ਪੀਂਦਾ ਏ, ਤੇ ਕੋਈ ਪੀਂਦਾ ਏ ਅੱਖਾਂ ਲੜਾਵਣ ਲਈ। ਓ ਮੇਰਾ ਯਾਰ ਮੇਰੇ ਨਾਲ ਰੁੱਸ ਗਿਆ, ਤੇ ਅੱਜ ਪੀਣੀ ਪੈ ਗਈ ਯਾਰ ਮਨਾਵਣ ਲਈ। ਯਾਰਾਂ ਨੇ ਮੈਨੂੰ ਯਾਰ ਬਣ ਕੇ ਮਾਰਿਆ, ਯਾਰਾਂ ਨੇ ਮੈਨੂੰ ਯਾਰ ਬਣ ਕੇ ਮਾਰਿਆ, ਤੇ ਫੁੱਲਾਂ ਨੇ ਮੈਨੂੰ ਖਾਰ ਬਣ ਕੇ ਮਾਰਿਆ। ਮੈਂ ਸੋਚਦਾ ਸਾਂ ਕੋਈ ਤੇ ਵਫਾਦਾਰ ਨਿਕਲੂ, ਪਰ ਕਈਆਂ ਨੇ ਤਾਂ ਮੈਨੂੰ ਵਫਾਦਾਰ ਬਣ ਕੇ ਮਾਰਿਆ। ਤਾਂ ਹੀ ਉਹਦੇ ਹੀ ਕਰਾਰਾ ਮੈਨੂੰ ਪੱਟਿਆ, ਸ਼ਰਾਬ ਰੰਗੀਏ ਦਿਲਬਰ ਕੋਲੋਂ ਨਾ ਕਦੇ ਵੀ ਸੰਗੀਏ, ਗੋਰੇ ਗੋਰੇ ਮੁਖ ਤੇ ਬਲੌਰੀ ਅੱਖੀਆਂ, ਕੁੰਡ ਵਿੱਚ ਜਾਣੀਆਂ ਨੀ ਤੈਥੋਂ ਟੱਕੀਆਂ। ਨੀ ਤੁਮ ਤੇਰੇ ਉਹ ਤੁਮ ਤੇਰੇ ਨਾਮ ਦੀ ਤੂੰ ਲੱਗੇ ਮੈਗੀ ਪਾਣ ਦੀ, ਕੁੜੀ ਤੂੰ ਮੇਰੇ ਹਾਣ ਦੀ ਤੂੰ ਲੱਗੇ ਮੈਗੀ ਪਾਣ ਦੀ, ਕੁੜੀ ਤੂੰ ਮੇਰੇ ਹਾਣ ਦੀ ਤੂੰ ਲੱਗੇ ਮੈਗੀ ਪਾਣ ਦੀ। ਓਏ Thank you.
ਸੋਹੇ ਪਾਪਨੀ ਧਰਤੀ ਨੂੰ ਜਾਣ ਸੋਹੇ ਫੁੱਲ ਲੱਗੇ ਸਿਰ ਤੇ ਦੁਪੱਟਾ ਤੇਰੇ ਪੀਲੇ ਰੰਗ ਦਾ ਮੇਰਾ ਦਿਲ ਤੇਰੇ ਲਈ ਦੁਆਵਾਂ ਮੰਗਦਾ ਕਸਮ ਮੇਰੀ ਜਾਨ ਦੀ ਕਿਹੜੀ ਪਾਨ ਦੀ ਕੁੜੀ ਤੂੰ ਮੇਰੇ ਹਾਣ ਦੀ ਤੂੰ ਲੱਗੇ ਬੈਠੀ ਪਾਨ ਦੀ ਕੁੜੀ ਤੂੰ ਮੇਰੇ ਹਾਣ ਦੀ ਤੂੰ ਲੱਗੇ ਬੈਠੀ ਪਾਨ ਦੀ ਲੱਗੇ ਬੇਗੀ ਪਾਨ ਦੀ ਵਾਕਈ ਬੇਗੀ ਪਾਨ ਦੀ ਵੀ ਜਿਹਦੇ ਕੋਲ ਆ ਜਾਏ ਉਹਨੂੰ ਚਾਹ ਹੀ ਚੜ ਜਾਂਦਾ ਅਗਲਾ ਕਰ ਮੇਰੇ ਕੋਲ ਪਾਨ ਦੀ ਬੇਗੀ ਹੈ ਹਾਂਜੀ ਇੱਥੋਂ ਤੁਹਾਡੀ ਆਵਾਜ਼ ਬੋਲਦੇ ਹੋ ਕੁਛ ਇੰਨਾ ਕੁ ਪਤਾ ਲੱਗਦਾ ਕੀ ਬੋਲਦੇ ਨਹੀਂ ਪਤਾ ਲੱਗਦਾ ਅੱਛਾ ਪੁਰਾਣਾ ਹਾਂ ਲਓ ਜੀ ਲਓ ਜੀ ਮਿਰਜ਼ਾ ਤੁਹਾਡੀ ਨਜ਼ਰ ਕਰ ਲੱਗੇ ਮਿਰਜ਼ੇ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂ ਚਾਹੁੰਦਾ ਕਿ ਰੁਖਸਾਰ ਨੂੰ ਤੁਹਾਡੀ ਨਜ਼ਰ ਕਰੀਏ ਦੋ ਲੈਣਾ ਉਹਨੇ ਮੱਥਾ ਚੁੰਮਿਆ ਤੇ ਪਹਿਲਾਂ ਜਾਂ ਹੱਥ ਚੁੰਮੇ ਤੇਰੇ ਉਹ ਮੇਰੀ ਆਪਣੀ ਫਰਮਾਇਸ਼ ਹੈ ਵੈਸੇ ਐਡੇ ਵੱਡੇ ਫਨਕਾਰ ਬੈਠੇ ਨੇ ਮੇਰੇ ਸਾਹਮਣੇ ਇਹ ਮੇਰੀਆਂ ਲੱਤਾਂ ਕੰਬਦੀਆਂ ਤੇਰਾ ਕੀ ਬਣੂ ਸਹੀ ਗੱਲ ਹੈ ਪਰ ਇਹ ਫਨਕਾਰ ਐਸੇ ਕਲਾਕਾਰ ਹੁੰਦੇ ਨੇ ਜਿਨ੍ਹਾਂ ਦੇ ਦਿਲ ਬਹੁਤ ਵੱਡੇ ਹੁੰਦੇ ਜਿਨ੍ਹਾਂ ਨੂੰ ਕੁਛ ਨਹੀਂ ਆਉਂਦਾ ਉਹਨਾਂ ਤੋਂ ਵੀ ਗਵਾ ਲੈਂਦੇ ਆ ਸੋ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਜੋ ਤੁਸੀਂ ਆਸ਼ੀਰਵਾਦ ਪਿਆਰ ਦਿੱਤਾ ਹਾਂਜੀ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ ਹੋ ਇੱਕ ਗੱਲ ਤੇ ਦੱਸ ਮੈਨੂੰ ਜੋ ਜ਼ਹਿਨ ਚ ਹੈ ਮੇਰੇ ਉਹਨੇ ਮੱਥਾ ਚੁੰਮਿਆ ਪਹਿਲਾਂ ਯਾ ਹੱਥ ਚੁੰਮੇ ਤੇਰੇ ਉਹ ਤੇਰੇ ਬੁੱਲਾਂ ਦੀ ਤਾਰੀਫ ਪੱਕਾ ਕੀਤੀ ਹੋਣੀ ਤੇਰੇ ਜਿਸਮ ਤੇ ਨਿਸ਼ਾਨੀ ਕੋਈ ਦਿੱਤੀ ਹੋਣੀ ਹੈ ਆਏ ਕੁਝ ਤਾਂ ਹੋਇਆ ਏ ਤੂੰ ਵਾਦੇ ਦੱਸ ਦੇ ਚਿਹਰੇ
ਕਿਆ ਬਾਤ ਹੈ, ਕਿਆ ਬਾਤ ਹੈ, ਥੈਂਕ ਯੂ ਸੋ ਮਚ। ਲੈ ਭਰਾਵਾ ਤੇਰੀ ਲਾਜ ਰਹੇਗੀ, ਤੈਨੂੰ ਇੰਨਾ ਪਿਆਰ ਦਿੱਤਾ। ਮੇਰੀਆਂ ਲੱਤਾਂ ਕੰਬਦੀਆਂ ਇੱਥੇ ਗਾਉਂਦੇ ਦੀਆਂ, ਇੱਕ ਤਾਂ ਪਾਪਾ ਗਾ ਰਹੇ ਨੇ, ਉੱਤੋਂ ਐਡੇ ਵੱਡੇ ਵੱਡੇ ਕਲਾਕਾਰ ਬੈਠੇ ਨੇ ਉਸਤਾਦ ਜੀ। ਬਾਕੀ ਗਾਣਾ ਇੰਪੋਸੀਬਲ ਹੋ ਜਾਂਦਾ ਇੱਥੇ। ਦੇਖੋ ਬਾਥਰੂਮ ਦੇ ਵਿੱਚ ਤਾਂ ਬੜਾ ਵਧੀਆ ਗਾਇਆ ਬੰਦਾ ਖੁਦ, ਉਦੋਂ ਤਾਂ ਸ਼ੀਸ਼ੇ ਅੱਗੇ ਖੜ੍ਹ ਕੇ ਤਾਂ ਬਹੁਤ ਅਗਲਾ ਕਹਿੰਦਾ ਬਹੁਤ ਵਧੀਆ, ਪਰ ਜਦੋਂ ਤੁਹਾਡੇ ਵਿੱਚ ਤੁਸੀਂ ਪ੍ਰਵਾਨ ਕਰਦੇ ਹੋ ਤਾਂ ਹੀ ਵਧੀਆ। ਫਿਰ ਵੀ ਇੰਨਾ ਪਿਆਰ ਦਿੱਤਾ, ਇੰਨੀਆਂ ਤਾਲੀਆਂ ਦਿੱਤੀਆਂ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਹਾਂ ਇੱਕ ਵਾਰੀ ਹੋਰ, ਅੱਜ ਕੱਲ੍ਹ ਗਾਣਿਆਂ 'ਚ ਵੀ ਬੜਾ ਕੁਛ ਪਾਉਂਦੇ ਆ, ਇੱਕ ਵਾਰੀ ਹੋਰ ਲਾਈਨ ਹੀ ਬੋਲ ਦਿੰਦੇ ਆ। ਹੁਣ ਮੱਥਾ ਚੁੰਮਿਆ ਪਹਿਲਾਂ ਜਾਂ ਹੱਥ ਚੁੰਮੇ ਤੇਰੇ, ਹੁਣ ਮੱਥਾ ਚੁੰਮਿਆ ਪਹਿਲਾਂ ਜਾਂ ਹੱਥ ਚੁੰਮੇ ਤੇਰੇ, ਤੇਰੇ। ਥੈਂਕ ਯੂ। ਲਓ ਜੀ ਇੱਕ ਐਸੇ ਫਨਕਾਰ ਹੈ ਜਿਨ੍ਹਾਂ ਦਾ ਸਭ ਨੂੰ ਇੰਤਜ਼ਾਰ ਹੈ, ਸੋ ਬੜੀ ਜਲਦੀ ਉਹ ਸਟੇਜ 'ਤੇ ਆ ਰਹੇ ਹੈ। ਨਾ ਮੈਂ ਤੁਹਾਨੂੰ ਦੱਸਾਂਗਾ ਨਹੀਂ, ਕਿਉਂਕਿ ਨਾਮ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿਹਦਾ ਇੰਤਜ਼ਾਰ ਹੈ। ਉਹਨਾਂ ਦੇ ਡੈਡੀ ਦਾ ਨਾਮ ਦੱਸ ਦਿੰਦਾ, ਉਸਤਾਦ ਗੁਲਸ਼ਨ ਮੀਰ ਜੀ, ਉਹਨਾਂ ਦਾ ਹੀ ਪਰਿਵਾਰ ਹੈ ਔਰ ਗਾਇਕੀ ਦੇ ਵਿੱਚ ਬੜਾ ਤਿਆਰ ਹੈ। ਹਾਏ ਹਾਏ ਹਾਏ। ਰਿੰਪਾ ਖਾਨ ਜੀ, ਰਿੰਪਾ ਖਾਨ ਜੀ ਕਿਆ ਹਾਲ ਹੈ, ਠੀਕ ਹੋ? ਠੀਕ ਹੈ ਠੀਕ ਹੈ। ਹਾਂ ਕਿਉਂਕਿ ਇੱਧਰੋਂ ਮੈਨੂੰ ਜ਼ਿਆਦਾ ਡਿੱਗਣ ਦਾ ਡਰ ਹੈ, ਤੁਹਾਨੂੰ ਡਿੱਗਣ ਦਾ ਡਰ ਨਹੀਂ ਹੈ, ਇਹ ਆ ਲਓ। ਸੋ ਮਿਰਜ਼ਾ ਤੁਹਾਡੀ ਨਜ਼ਰ ਕਰਨ ਲੱਗਿਆ, ਹਾਂ
थैंक यू सो मच। सो इस दे नाल ही वारी है ऐसे फनकारां दी जिन्हां दा तुसी बेसब्री नाल इंतजार कर रहे हो। ले भरावा ये तो हजार च चलूगा। माइक ले लो जी अपना। सो रुखसारी को कर लो। एक स्नैपचैट ले कर लिए तुहाडे नाल तालियां तुलियां तुहाडियां तुहाडियां चीकां चूक रिकॉर्ड कर लिए। हाँ भाई लो भी आ जाओ गिद्दड़वा मेक सम नॉइज। एक बारी जोर दी तालियां ते रौला पा दो। क्या बात है। चलो जी थैंक यू। थोड़ा तहे दिलों शुक्रगुजार हाँ जिन्हां ने कीमती वक्त असीं लिया है। सो तुसीं प्रवान कीता है सानू जो प्यार दिता है ये साडे लई बहुत वड्डी साडी इक दौलत है। थैंक यू सो मच। सर प्लीज भाई एक मिनट। साईं बाबा जी साईं जी आ रहे हैं। एक मिनट आ गए साईं मीर जी आ रहे हैं। आओ सर।